ਕੇਂਦਰ ਸਰਕਾਰ ਇਹ ਸੋਚੇ ਵੀ ਸ਼ਾਇਦ ਲਮਕਾ ਕੇ ਮੋਰਚਾ ਜਿਹੜਾ ਹੈਗਾ ਵਾ ਖਿੰਡ ਪੁੰਡ ਜਾਊ, ਇਹ ਤਾਂ ਉਹਨਾਂ ਦੀ ਗਲਤ ਫਹਿਮੀ ਆ। ਪੰਜਾਬ ਚੋਂ ਹਰਿਆਣਾ ਵੱਖ ਵੱਖ ਸਟੇਟਾਂ ਚੋਂ ਹੁਣ ਜਿਹੜੇ ਲੋਕ ਕਿਸਾਨ ਆ ਇੱਥੇ ਆ ਕੇ ਬੈਠ ਗਏ ਆ। ਇੱਥੇ ਇੱਕ ਨਵੀਂ ਦਿੱਲੀ ਵਸੀ ਪਈ ਆ ਦਿੱਲੀ ਦੇ ਚਾਰ ਸਵੇਰੇ। ਕਿਸਾਨਾਂ ਨੇ ਕਹਿ ਦਿੱਤਾ ਵੀ ਜੇ ਹੱਕ ਮੰਗਣੇ ਖਾਲਿਸਤਾਨੀਆਂ ਦਾ ਕੰਮ, ਅਸੀਂ ਵੀ ਖਾਲਿਸਤਾਨੀ ਆ। ਜਿਹੜਾ ਪੱਖਪਾਤ ਕਰਦਾ ਉਹਨੂੰ ਫਿਰ ਗੋਦੀ ਮੀਡੀਆ ਦਾ ਖਿਤਾਬ ਤਾਂ ਮਿਲ ਹੀ ਜਾਂਦਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧ ਇੱਕ ਪਰਿਵਾਰ ਦੇ ਹੱਥਾਂ 'ਚ, ਚਾਹੇ ਉੱਥੇ ਲੌਂਗੋਵਾਲ ਪ੍ਰਧਾਨ ਬਣੇ, ਚਾਹੇ ਜਗੀਰ ਕੌਰ ਦੇ, ਚਾਹੇ ਕੋਈ ਹੋਰ। ਤੁਸੀਂ ਜੁੜ ਚੁੱਕੇ ਹੋ ਟੀ ਵੀ NRI ਦੇ ਨਾਲ ਅਤੇ ਮੈਂ ਹਾਂ ਇੰਦਰਜੀਤ ਸਿੰਘ ਚਾਲ। ਸੰਘਰਸ਼ ਲਗਾਤਾਰ ਚੱਲਦੇ ਪਏ ਨੇ ਦਿੱਲੀ ਦੀਆਂ ਵੱਖ ਵੱਖ ਹੱਦਾਂ ਦੇ ਉੱਪਰ। ਸੰਤ ਬਲਜੀਤ ਸਿੰਘ ਦਾਦੂਵਾਲ ਜੀ ਪਹੁੰਚੇ ਨੇ, ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ, ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਪਹਿਲਾਂ ਟਿਕੜੀ ਬਾਰਡਰ ਵੀ ਗਏ ਅਤੇ ਹੁਣ ਇਸ ਮੋਰਚੇ ਦੇ ਵਿੱਚ ਪਹੁੰਚੇ ਹੋ। ਲਗਾਤਾਰ ਆਪ ਵਰਗੀਆਂ ਜਦੋਂ ਸ਼ਖਸੀਅਤਾਂ ਇੱਥੇ ਪਹੁੰਚਦੀਆਂ ਨੇ ਇਸ ਮੋਰਚੇ ਦੇ ਵਿੱਚ, ਤਾਂ ਊਰਜਾ ਮਿਲਦੀ ਹੈ ਮੋਰਚੇ ਨੂੰ। ਦੇਖੋ ਇਹ ਕਿਸਾਨਾਂ ਦਾ ਹੱਕਾਂ ਦਾ ਮੋਰਚਾ, ਮਜ਼ਦੂਰ ਕਿਸਾਨੀ ਨਾਲ ਸਾਰਾ ਕੁਝ ਜੁੜਿਆ ਹੋਇਆ। ਕੇਂਦਰ ਸਰਕਾਰ ਜਿਹੜੀ ਆ ਬਹੁਤ ਡਿਲੇ ਕਰ ਰਹੀ ਹੈ। ਮੈਂ ਸਮਝਦਾ ਕੇਂਦਰ ਸਰਕਾਰ ਨੂੰ ਤੁਰੰਤ ਜਿਹੜੀਆਂ ਕਿਸਾਨਾਂ ਦੀਆਂ ਮੰਗਾਂ ਮੰਨ ਲੈਣੀਆਂ ਚਾਹੀਦੀਆਂ। ਸਾਰੇ ਇੱਥੇ ਸੇਵਾਵਾਂ ਕਰ ਰਹੇ, ਚਾਹੇ ਉਹ ਸਿੱਖ ਜਥੇਬੰਦੀਆਂ ਨੇ, ਚਾਹੇ ਨਗਰ ਪੰਚਾਇਤਾਂ ਨੇ, ਚਾਹੇ ਪੰਜਾਬ ਚੋਂ ਹਰਿਆਣਾ ਵੱਖ ਵੱਖ ਸਟੇਟਾਂ ਚੋਂ ਹੁਣ ਜਿਹੜੇ ਲੋਕ ਕਿਸਾਨ ਆ ਇੱਥੇ ਆ ਕੇ ਬੈਠ ਗਏ ਆ। ਇੱਥੇ ਇੱਕ ਨਵੀਂ ਦਿੱਲੀ ਵਸੀ ਪਈ ਆ ਦਿੱਲੀ ਦੇ ਚਾਰ ਸਵੇਰੇ, ਅਤੇ ਕੇਂਦਰ ਸਰਕਾਰ ਨੂੰ ਚਾਹੀਦਾ ਵੀ ਕਿੱਡੇ ਪੀਸਫੁੱਲ ਤਰੀਕੇ ਨਾਲ, ਅਮਨ ਸ਼ਾਂਤੀ ਦੇ ਨਾਲ ਲੋਕ ਆਪਣੀ ਮੰਗ ਰੱਖ ਰਹੇ। ਜਿਹੜੇ ਕਾਨੂੰਨ ਤੁਸੀਂ ਲੋਕਾਂ ਦੇ ਭਲੇ ਲਈ ਕਹਿੰਦੇ ਬਣਾਏ ਆ, ਜਦੋਂ ਲੋਕ ਕਹਿੰਦੇ ਸਾਨੂੰ ਇਹ ਕਾਨੂੰਨ ਨਹੀਂ ਚਾਹੀਦੇ, ਕਿਸਾਨ ਕਹਿੰਦੇ ਆ, ਅਤੇ ਕਿਸਾਨਾਂ ਦੀ ਮੰਗ 'ਤੇ ਇਹ ਕਾਨੂੰਨਾਂ ਨੂੰ ਵਾਪਸ ਲੈ ਲੈਣਾ ਚਾਹੀਦਾ। ਅਤੇ ਸਾਰਿਆਂ ਨੂੰ ਜਿਹੜਾ ਹੈਗਾ, ਮੈਂ ਸਮਝਦਾ ਵੀ ਇੱਥੋਂ ਜਿੱਤ ਦੇ ਜਕਾਰੇ ਲਾਉਂਦੇ ਕਿਸਾਨ ਆਪੋ ਆਪਣੇ ਖੇਤਾਂ 'ਚ ਜਾ ਕੇ ਘਰਾਂ 'ਚ ਜਿਹੜਾ ਕੰਮ ਕਰ। ਜਥੇਦਾਰ ਜੀ, ਕਈ ਵੱਡੇ ਪੰਥਕ ਆਗੂ ਜਿਹੜੇ ਹਮੇਸ਼ਾ ਸੋਸ਼ਲ ਮੀਡੀਆ 'ਤੇ ਐਕਟਿਵ ਰਹਿੰਦੇ ਆ, ਗੱਲ ਕਰਦੇ ਆ ਸਿੱਖੀ ਦੀ, ਉਹ ਕਿਤੇ ਨਜ਼ਰ ਨਹੀਂ ਇੱਥੇ ਆਏ ਇਸ ਪੰਥਕ ਸੰਘਰਸ਼ ਦੇ ਵਿੱਚ, ਉਹਨਾਂ ਦੀ ਹਮਾਇਤ ਦਿਸੀ ਨਹੀਂ ਕਿਤੇ। ਦੇਖੋ ਸਾਰੇ ਹੀ, ਮੈਂ ਤਾਂ ਸਮਝਦਾ ਕੋਈ ਰਿਹਾ ਨਹੀਂ ਹੋਣਾ, ਸਾਰੇ ਹੀ ਤਕਰੀਬਨ ਹਾਜ਼ਰੀ ਲਵਾ ਰਹੇ ਆ, ਕੋਈ ਅੱਜ ਕੋਈ ਕੱਲ੍ਹ, ਕੋਈ ਇੱਧਰਲੇ ਬਾਰਡਰ 'ਤੇ, ਕੋਈ ਉੱਧਰਲੇ ਬਾਰਡਰ 'ਤੇ। ਹੁਣ ਜਿਵੇਂ ਇੱਧਰਲੇ ਬਾਰਡਰ ਵਾਲਿਆਂ ਨੂੰ ਲੱਗਦਾ ਸੀ ਅਸੀਂ ਪਹਿਲਾਂ ਨਹੀਂ ਆਏ, ਅਸੀਂ ਟੀਕਰੀ ਬਾਰਡਰ ਵਾਲੇ ਪਾਸੇ 9 ਤਰੀਕ ਤੋਂ ਮੈਡੀਕਲ ਕੈਂਪ ਸ਼ੁਰੂ ਕੀਤਾ ਹੋਇਆ, ਇੱਥੇ ਅੱਜ ਸ਼ੁਰੂ ਹੋ ਰਿਹਾ, ਤਾਂ ਇਹਨਾਂ ਨੂੰ ਲੱਗਦਾ ਜਿਵੇਂ ਅਸੀਂ ਸੰਘਰਸ਼ 'ਚ ਨਹੀਂ ਆਏ। ਪਰ ਜਦੋਂ ਦਾ ਸੰਘਰਸ਼ ਹੈ ਸ਼ੁਰੂ ਹੋਇਆ, ਉਸ ਵੇਲੇ ਤੋਂ ਅਸੀਂ ਇਸ ਸੰਘਰਸ਼ ਦੇ ਨਾਲ, ਕਿਉਂਕਿ ਅਸੀਂ ਵੀ ਕਿਸਾਨਾਂ ਦੇ ਪੋਤੇ ਹਾਂ, ਕਿਸਾਨੀ ਸਭ ਸਾਡਾ ਮੋਢੇ ਆ, ਰੀੜ ਦੀ ਹੱਡੀ ਆ ਕਿਸਾਨੀ, ਕਿਸਾਨੀ ਨਾਲ ਸਾਰਾ ਕੰਮ ਚੱਲਦਾ। ਸੋ ਇਸ ਕਾਰਨ ਕਰਕੇ ਕੋਈ ਅੱਜ ਕੋਈ ਭਲਕੇ ਕੋਈ ਦੇਰ ਸਵੇਰ, ਜ਼ਰੂਰੀ ਨਹੀਂ ਹੁੰਦਾ ਕੋਈ ਸਟੇਜ 'ਤੇ ਬੋਲ ਕੇ ਗਿਆ ਤਾਂ ਸ਼ਾਇਦ ਉਹੀ ਇੱਥੇ ਆਇਆ ਵਾ। ਬਹੁਤ ਲੋਕ ਜਿਹੜੇ ਸਟੇਜਾਂ 'ਤੇ ਨਹੀਂ ਬੋਲੇ, ਵੈਸੇ ਮੋਰਚੇ ਦਾ ਹਿੱਸਾ ਬਣੇ ਆ, ਕਿਸੇ ਨੇ ਲੰਗਰ ਲਾਇਆ, ਕਿਸੇ ਨੇ ਮੈਡੀਕਲ ਕੈਂਪ ਲਾਇਆ, ਕੋਈ ਕਿਸੇ ਤਰ੍ਹਾਂ ਦੀ ਚੀਜ਼ ਲੈ ਕੇ ਆ ਰਿਹਾ, ਕੋਈ ਆਪ ਖੁਦ ਆ ਕੇ ਇੱਥੇ 2 ਰਾਤਾਂ 4 ਰਾਤਾਂ ਰਹਿ ਕੇ ਗਿਆ। ਸੋ ਇਸ ਤਰ੍ਹਾਂ ਸਾਰੇ ਸ਼ਮੂਲੀਅਤ ਕਰ ਰਹੇ ਆ। ਮੀਡੀਆ ਦੀ ਭੂਮਿਕਾ ਅਹਿਮ ਹੁੰਦੀ ਹੈ, ਚੌਥਾ ਥੰਮ ਗਿਣਿਆ ਗਿਆ, ਪਰ ਇਸ ਮੋਰਚੇ ਦੇ ਵਿੱਚ ਜਿਹੜੀ ਮੀਡੀਆ ਨੇ ਭੂਮਿਕਾ ਨਿਭਾਈ ਹੈ, ਮੀਡੀਆ ਦੇ ਇੱਕ ਹਿੱਸੇ ਨੇ ਭੂਮਿਕਾ, ਉਹਦੇ ਉੱਤੇ ਸਵਾਲ ਉੱਠੇ ਨੇ। ਦੇਖੋ ਜਿਹੜਾ ਨੈਸ਼ਨਲ ਮੀਡੀਆ ਵਾ ਉਹਦਾ ਰਵੱਈਆ ਨਾ ਪੱਖੀ ਰਿਹਾ, ਪਰ ਜਿਹੜਾ ਸਾਡਾ ਇੱਦਾਂ ਪੰਥਕ ਮੀਡੀਆ ਵਾ ਜਾਂ ਸੋਸ਼ਲ ਮੀਡੀਆ, ਉਹਦੇ 'ਤੇ ਬਹੁਤ ਵਧੀਆ NRI ਆ, ਤੁਸੀਂ ਵੀ ਆ, ਜਿਸ ਤਰ੍ਹਾਂ ਹੋਰ KTV ਆ, ਅਕਾਲ ਚੈਨਲ ਆ, ਹੋਰ ਬਹੁਤ ਸਾਰੇ ਚੈਨਲ ਜਿਹੜੇ ਪੰਥਕ ਚੈਨਲ ਗਿਣੇ ਜਾ ਸਕਦੇ ਆ, ਉਹਨਾਂ ਨੇ ਬਹੁਤ ਵਧੀਆ ਰੋਲ ਜਿਹੜਾ ਵਾ ਨਿਭਾਇਆ। ਤੁਹਾਡੇ NRI ਤੋਂ ਰਛਪਾਲ ਸਿੰਘ ਜੀ ਬਟਾਲੇ ਤੋਂ ਬੜੇ ਵਧੀਆ ਉਹ ਡਿਬੇਟਾਂ ਜਿਹੜੀਆਂ ਨੇ, ਸਾਰਾ ਤੁਸੀਂ ਇੱਥੇ ਰਹਿ ਕੇ ਦੇਖੋ, ਸਾਰਾ ਮੌਕੇ ਦੇ ਰਹੇ। ਮੈਂ ਇਸ ਗੱਲ ਦੀ ਸ਼ਲਾਘਾ ਕਰਦਾ, ਮੀਡੀਆ ਦਾ ਇਹੀ ਰੋਲ ਹੁੰਦਾ ਕਿ ਜੋ ਸਹੀ ਪੱਖ ਆ ਉਹ ਲੋਕਾਂ ਤੱਕ ਪਹੁੰਚਾਇਆ ਜਾਵੇ, ਉਹੀ ਗੱਲ ਸਰਕਾਰ ਤੱਕ ਪਹੁੰਚਾਈ ਜਾਵੇ, ਅਤੇ ਸਰਕਾਰ ਦੀ ਵੀ ਜਿਹੜੀ ਸਹੀ ਗੱਲ ਆ ਉਹ ਲੋਕਾਂ ਤੱਕ ਪਹੁੰਚਾਈ ਜਾਵੇ। ਜਿਹੜਾ ਪੱਖਪਾਤ ਕਰਦਾ ਉਹਨੂੰ ਫਿਰ ਗੋਦੀ ਮੀਡੀਆ ਦਾ ਖਿਤਾਬ ਤਾਂ ਮਿਲ ਹੀ ਜਾਂਦਾ, ਉਹਦੀ ਭਰੋਸੇਯੋਗਤਾ ਨੂੰ ਸੱਟ ਵੱਜਦੀ ਹੈ। ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ, ਸਹੀ ਗੱਲ ਲੋਕਾਂ ਤੱਕ ਜਿਹੜੀ ਆ ਉਹ ਪਹੁੰਚਾਉਣੀ ਚਾਹੀਦੀ ਹੈ। ਫਤਿਹਗੜ੍ਹ ਸਾਹਿਬ ਦੀ ਧਰਤੀ ਦੇ ਉੱਪਰ ਸ਼ਹੀਦੀ ਹਫ਼ਤਾ ਚੱਲ ਰਿਹਾ ਹੈ। ਸੁੱਚਾ ਸਿੰਘ ਲੰਗਾ ਜਿਨ੍ਹਾਂ ਨੂੰ ਪੰਥ 'ਚੋਂ ਛੇਕਿਆ ਗਿਆ, ਉਹ ਸ਼੍ਰੀ ਅਖੰਡ ਸਾਹਿਬ ਉੱਥੇ ਕਰਵਾਉਂਦੇ ਨੇ, ਅਤੇ ਉਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਹੋਣੀ, ਉੱਥੋਂ ਦੇ ਮੈਨੇਜਰ ਅਤੇ ਹੈੱਡ ਗ੍ਰੰਥੀ ਆ, ਜਿਹੜੇ ਗ੍ਰੰਥੀ ਸੀ ਜਿਨ੍ਹਾਂ ਨੇ ਆਰੰਭ ਕੀਤਾ ਸੀ ਪਾਠ, ਉਹਨਾਂ ਨੂੰ ਮੁਅੱਤਲ ਕਰ ਦਿੱਤਾ ਜਾਂਦਾ। ਦੇਖੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧ ਇੱਕ ਪਰਿਵਾਰ ਦੇ ਹੱਥਾਂ 'ਚ, ਚਾਹੇ ਉੱਥੇ ਲੌਂਗੋਵਾਲ ਪ੍ਰਧਾਨ ਬਣੇ, ਚਾਹੇ ਜਗੀਰ ਕੌਰ ਦੇ, ਚਾਹੇ ਕੋਈ ਹੋਰ ABC ਕੋਈ ਵੀ, ਕੰਟਰੋਲ ਨਹੀਂ ਹੈਗਾ। ਇਹੋ ਜਿਹੀਆਂ ਘਟਨਾਵਾਂ ਤਾਂ ਹੀ ਹੋਈਆਂ, ਪਹਿਲਾਂ ਸ਼੍ਰੋਮਣੀ ਕਮੇਟੀ ਦੇ ਮੈਂਬਰ ਲਿਜਾ ਕੇ ਅੰਮ੍ਰਿਤ ਛਕਾ ਰਹੇ ਸੀ ਉਹਨੂੰ, ਹੁਣ ਜਿਹੜਾ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਅਖੰਡ ਪਾਠ ਸਾਹਿਬ ਕਰਾ ਰਹੇ ਆ, ਕੰਟਰੋਲ ਨਹੀਂ ਹੈਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ। ਤਾਂ ਹੀ ਪੰਥ ਚਾਹੁੰਦਾ ਕਿ ਛੇਤੀ ਇਹਦੀ ਇਲੈਕਸ਼ਨ ਹੋਵੇ ਅਤੇ ਉਸ ਪਰਿਵਾਰ ਦੇ ਹੱਥਾਂ 'ਚ ਉਹਦਾ ਪ੍ਰਬੰਧ ਕੱਢ ਕੇ ਪੰਥਕ ਹਿੱਤਾਂ ਦੇ ਹੱਥਾਂ ਦੇ ਵਿੱਚ ਪ੍ਰਬੰਧ ਜਿਹੜਾ ਉਹ ਜਾਵੇ। ਪਰ ਬੀਬੀ ਜਗੀਰ ਕੌਰ ਹੋਣਾਂ ਨੇ ਬਿਆਨ ਦਿੱਤਾ ਕਿ ਪਹਿਲਾਂ ਜੋ ਕੁਝ ਹੋ ਗਿਆ, ਹੁਣ ਨਹੀਂ, ਜੇ ਕੋਈ ਗਲਤੀ ਕਰੂਗਾ ਤਾਂ ਤੁਰੰਤ ਸਜ਼ਾ ਮਿਲੂਗੀ। ਪਹਿਲਾਂ ਤਾਂ ਬੀਬੀ ਜਗੀਰ ਕੌਰ ਨੂੰ ਕਟਹਿਰੇ 'ਚ ਖੜਾ ਕਰਨਾ ਚਾਹੀਦਾ ਕਿ ਉਹ ਆਪਣੀ ਕੁੜੀ ਨੇ ਜਿਹੜਾ ਹੈਗਾ ਕਤਲ ਕੀਤਾ, ਕੁੜੀ ਮਾਰਦਾ ਉਹਨਾਂ ਨੂੰ ਖਿਤਾਬ ਪੰਥ ਨੇ ਦਿੱਤਾ ਹੋਇਆ, ਕਿਤਾਬ ਨੇ ਦਿੱਤਾ ਹੋਇਆ, ਅਤੇ ਇਸ ਕਰਕੇ ਪਹਿਲਾਂ ਤਾਂ ਉਹਨਾਂ ਨੂੰ ਖੁਦ ਕਟਹਿਰੇ 'ਚ ਖੜਾ ਹੋਣਾ ਪਊਗਾ, ਬਾਕੀ ਗੱਲਾਂ ਤਾਂ ਬਾਅਦ 'ਚ। ਇਹ
ਸ਼੍ਰੋਮਣੀ ਕਮੇਟੀ ਤੋਂ ਪਵਿੱਤਰ ਸਰੂਪਾਂ ਦਾ ਹਿਸਾਬ ਮੰਗਣ ਲਈ ਇੱਕ ਵੱਡਾ ਮੋਰਚਾ ਉੱਥੇ ਲਗਾਇਆ ਗਿਆ ਸੀ ਅੰਮ੍ਰਿਤਸਰ ਤੋਂ ਬਾਅਦ। ਹੁਣ ਇੱਥੇ ਵੀ ਮੰਗ ਉੱਠ ਰਹੀ ਹੈ ਕਿ ਜਿਹੜਾ ਨੇ ਉੱਥੇ ਮੋਰਚਾ ਲਾਇਆ ਕਾਫੀ ਦਿਨ ਬੈਠੇ ਰਹੇ ਉਹ ਇੱਥੇ ਵੀ ਆਉਣ, ਇੱਥੇ ਵੀ ਕਿਸਾਨਾਂ ਦੇ ਹੱਕ 'ਚ ਬੈਠਣਾ। ਦੇਖੋ ਸਾਰੇ ਵਾਰੀ ਵਾਰੀ ਮੈਂ ਸਮਝਦਾ ਆ ਰਹੇ ਜਿਹੜੇ ਨਹੀਂ ਆਏ ਉਹ ਵੀ ਆ ਜਾਣਗੇ ਜਿੱਦਾਂ ਚਿਰ ਮੋਰਚਾ ਚੱਲ ਰਿਹਾ ਹੋਣਾ ਚਾਹੀਦਾ। ਇਹਨੂੰ ਤਾਂ ਤਕਰੀਬਨ ਸਭ ਦਾ ਹੀ ਸਮਰਥਨ ਆ, ਹੁਣ ਸ਼ਾਇਦ ਕੋਈ ਰਿਹਾ ਨਹੀਂ ਹੋਣਾ ਜਿਸ ਦਾ ਕਿਸਾਨੀ ਮੋਰਚੇ ਨੂੰ ਸਮਰਥਨ ਨਾ ਹੋਵੇ। ਧਾਰਮਿਕ ਰੰਗਤ ਦਿੱਤੀ ਜਾ ਰਹੀ ਹੈ ਇਸ ਮੋਰਚੇ ਨੂੰ ਸਰਕਾਰਾਂ ਦੇ ਵੱਲੋਂ, ਉਹ ਕਹਿ ਰਹੇ ਕਿ ਇਸ ਨੂੰ ਇੱਕ ਧਰਮ ਦਾ ਮੋਰਚਾ ਸਾਬਤ ਕੀਤਾ ਜਾ ਰਿਹਾ, ਪਰ ਇੱਥੇ ਤਾਂ ਉਲਟ ਹੋ ਰਿਹਾ। ਇੱਥੇ ਜਿਹੜੀ ਸਰਬ ਧਰਮ ਦੀ ਇੱਕ ਸਾਂਝ ਆ ਜਿਹੜੀ ਉਹ ਦੇਖਣ ਨੂੰ ਮਿਲੀ ਆ। ਲੋਕਾਂ ਨੇ ਨਕਾਰ ਦਿੱਤਾ ਜੀ ਇਸ ਗੱਲ ਨੂੰ ਜਦੋਂ ਉਹਨਾਂ ਨੇ ਇੱਕ ਧਰਮ ਨਾਲ ਜਾਂ ਇੱਕ ਕਦੇ ਨਕਸਲੀ ਕਹਿਣ ਜਾਂ ਖਾਲਿਸਤਾਨੀ ਕਹਿਣ ਦੀ ਕੋਸ਼ਿਸ਼ ਕੀਤੀ ਆ, ਤਾਂ ਲੋਕਾਂ ਨੇ ਨਕਾਰ ਦਿੱਤਾ। ਇੱਥੇ ਮਹਾਰਾਸ਼ਟਰ ਆਂਧਰਾ ਪ੍ਰਦੇਸ਼ ਚੋਂ ਆ ਕੇ ਕਿਸਾਨਾਂ ਨੇ ਕਹਿ ਦਿੱਤਾ ਵੀ ਜੇ ਹੱਕ ਮੰਗਣੇ ਖਾਲਿਸਤਾਨੀਆਂ ਦਾ ਕੰਮ, ਅਸੀਂ ਵੀ ਖਾਲਿਸਤਾਨੀ ਆ। ਸੋ ਇਹ ਗੱਲ ਤਾਂ ਨਕਾਰ ਦਿੱਤੀ ਲੋਕਾਂ ਨੇ, ਹੁਣ ਇਹ ਕੇਂਦਰ ਸਰਕਾਰ ਦੀ ਗੱਲ ਨਹੀਂ ਚੱਲਣੀ। ਇਹ ਜਿਹੜਾ ਕਿਸਾਨਾਂ ਦਾ ਮੋਰਚਾ, ਹੱਕਾਂ ਦਾ ਮੋਰਚਾ, ਇਹਦੇ ਵਾਸਤੇ ਕੇਂਦਰ ਸਰਕਾਰ ਨੂੰ ਜਿਹੜਾ ਹੈਗਾ ਲੋਕਾਂ ਦੀ ਮੰਗ, ਕਿਸਾਨਾਂ ਦੀ ਮੰਗ ਨੂੰ ਪੂਰਾ ਕਰਨਾ ਚਾਹੀਦਾ। ਤੁਸੀਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹੋ, ਸਭ ਤੋਂ ਸ਼ੱਕੀ ਜਿਹੜੀ ਭੂਮਿਕਾ ਇਸ ਅੰਦੋਲਨ ਨੂੰ ਦਬਾਉਣ ਲਈ ਹਰਿਆਣਾ ਸਰਕਾਰ ਨੇ ਨਿਭਾਈ ਹੈ, ਦਬਾਅ ਉੱਤੇ ਮਾਰਿਆ ਦੁਸ਼ਵੰਤ ਚੌਟਾਲਾ ਤੇ ਕਿ ਤੋੜ ਦਿਓ ਬੀਜੇਪੀ ਸਰਕਾਰ ਤੋਂ ਆਪਣਾ ਸਮਰਥਨ ਵਾਪਸ ਲੈ ਲਿਓ। ਅੰਦੋਲਨ ਤੋਂ ਬਾਅਦ ਹਰਿਆਣਾ ਦੇ ਵਿੱਚ ਤੁਹਾਨੂੰ ਲੱਗਦਾ ਹੈ ਕਿ ਕੋਈ ਵੱਡੀ ਸਿਆਸੀ ਹਲਚਲ ਹੋਣ ਵਾਲੀ ਹੈ? ਦੇਖੋ ਇਹ ਤਾਂ ਹਾਲਾਤ ਬਣੇ ਹੋਏ ਆ, ਜਿਸ ਤਰ੍ਹਾਂ ਦੇ ਹਾਲਾਤ ਆ, ਗੱਠਜੋੜ ਟੁੱਟ ਸਕਦਾ, ਜਿਸ ਤਰ੍ਹਾਂ ਦਾ ਦਬਾਅ ਬਣ ਰਿਹਾ, ਕਿਉਂਕਿ ਜੇ ਪਾਰਟੀ ਕਹਿੰਦੀ ਅਸੀਂ ਕਿਸਾਨਾਂ ਦੀ ਪਾਰਟੀ ਹਾਂ, ਤਾਊ ਦੇਵੀ ਲਾਲ ਦੀ ਗੱਲ ਕਰਦੇ ਆ ਚੌਟਾਲਾ ਪਰਿਵਾਰ, ਤਾਂ ਇਸ ਕਾਰਨ ਕਰਕੇ ਜਿਸ ਤਰ੍ਹਾਂ ਦੇ ਹਾਲਾਤ ਬਣੇ, ਲੋਕਾਂ ਦਾ ਦਬਾਅ ਬਣਿਆ ਹੋਇਆ। ਬਾਕੀ ਕੀ ਹਾਲਾਤ ਬਣਦੇ, ਕੀ ਆਉਣ ਵਾਲੇ ਸਮੇਂ 'ਚ ਗੱਠਜੋੜ ਰਹਿੰਦਾ, ਟੁੱਟਦਾ, ਸਰਕਾਰ ਜਾਂਦੀ ਨਹੀਂ ਜਾਂਦੀ, ਇਹ ਆਉਣ ਵਾਲੇ ਦਿਨਾਂ 'ਚ ਪਤਾ ਲੱਗ ਜਾਊਗਾ। ਪਰ ਮੈਂ ਸਮਝਦਾ ਵੀ ਇੱਥੇ ਸਰਕਾਰਾਂ ਦੀ ਦਮਨਕਾਰੀ ਨੀਤੀ ਜਿਹੜੀ ਆ ਉਹ ਨਹੀਂ ਚੱਲਣੀ। ਸਾਰੇ ਹੀ ਕਿਸਾਨੀ ਦੀਆਂ ਵੋਟਾਂ ਲੈਂਦੇ ਆ, ਸਾਰੇ ਹੀ ਰੋਟੀ ਖਾਂਦੇ ਆ, ਅਤੇ ਕਿਸਾਨ ਖੇਤ 'ਚ ਅਨਾਜ ਪੈਦਾ ਕਰਦਾ, ਇਸ ਕਰਕੇ ਕਿਸੇ ਨੂੰ, ਚਾਹੇ ਹਰਿਆਣੇ ਦੀ ਸਰਕਾਰ ਆ ਅਤੇ ਚਾਹੇ ਕੇਂਦਰ ਦੀ ਸਰਕਾਰ ਆ, ਕਿਸਾਨਾਂ 'ਤੇ ਦਮਨਕਾਰੀ ਨੀਤੀ ਜਿਹੜੀ ਆ ਹਿਟਲਰ ਸ਼ਾਹੀ ਔਰੰਗਜ਼ੇਬੀ ਸੋਚ ਨਹੀਂ ਬਣਾਉਣੀ ਚਾਹੀਦੀ। ਸਾਰੇ ਬੜੇ ਭਰਾਤਰੀ ਭਾਵ ਦੇ ਨਾਲ ਇਹਨਾਂ ਦੀ ਗੱਲ ਨੂੰ ਮੰਨਣਾ ਚਾਹੀਦਾ, ਤਾਂ ਕਿ ਕਿਸਾਨ ਆਪਣੀਆਂ ਮੰਗਾਂ ਮਨਵਾ ਕੇ ਜਾ ਕੇ ਆਪਣੇ ਖੇਤਾਂ 'ਚ ਕੰਮ ਕਰ। ਆਖਰੀ ਸਵਾਲ ਜਥੇਦਾਰ ਜੀ, ਕਿਸਾਨ ਮੋਰਚੇ ਨੂੰ ਅੱਜ 27ਵਾਂ ਦਿਨ ਚੜ ਗਿਆ ਇੱਥੇ ਬੈਠਿਆਂ ਨੂੰ, ਪਰ ਜਿਹੜਾ ਹਾਲੇ ਉਮੀਦ ਨਹੀਂ ਕੋਈ ਦਿਖਾ ਰਹੀ ਕਿ ਹੱਲ ਹੋ ਜੂਗਾ, ਉਧਰੋਂ ਵੀ ਜਿਹੜਾ ਮੀਟਿੰਗਾਂ ਦਾ ਦੌਰ ਬੰਦ ਹੋ ਚੁੱਕਾ, ਸਰਕਾਰ ਵੱਲੋਂ ਸਮਰਥਨ ਲਗਾਤਾਰ ਮਿਲ ਰਿਹਾ ਕਿਸਾਨਾਂ ਨੂੰ, ਮੋਰਚੇ ਦੇ ਵਿੱਚ ਜਿਹੜੀ ਗਿਣਤੀ ਆ ਕਿਸਾਨਾਂ ਦੀ ਜਾਂ ਹੋਰ ਵਰਗਾਂ ਦੀ ਵੱਧ ਜਾ ਰਹੀ ਆ, ਪਰ ਜਿਹੜਾ ਫੈਸਲਾ ਚਾਹੁੰਦੇ ਆ ਸਰਕਾਰ ਉਹ ਨਹੀਂ ਨਿਕਲਿਆ। ਜੇ ਕੇਂਦਰ ਸਰਕਾਰ ਇਹ ਸੋਚੇ ਵੀ ਸ਼ਾਇਦ ਲਮਕਾ ਕੇ ਮੋਰਚਾ ਜਿਹੜਾ ਹੈਗਾ ਵਾ ਖਿੰਡ ਪੁੰਡ ਜਾਊ, ਇਹ ਤਾਂ ਉਹਨਾਂ ਦੀ ਗਲਤ ਫਹਿਮੀ ਆ, ਦਿਨੋ ਦਿਨ ਬਾਲ ਮਿਲ ਰਿਹਾ। ਬਾਕੀ ਮੋਰਚੇ ਲੰਬੇ ਹੋ ਜਾਂਦੇ ਆ, ਮੋਰਚਾ 1907 ਦੇ ਵਿੱਚ ਵੀ ਲੱਗਾ ਸੀਗਾ, ਉਹ ਕਿੰਨੇ ਸਮਾਂ ਚੱਲਿਆ ਸੀ, ਮਹੀਨਿਆਂ ਬੱਧੀ ਚੱਲਿਆ ਸੀ। ਬਰਗਾੜੀ ਦਾ ਮੋਰਚਾ 6.5 ਮਹੀਨੇ ਚੱਲਿਆ, ਇਸੇ ਤਰ੍ਹਾਂ ਦਾ ਬਰਗਾੜੀ ਦੇ ਮੋਰਚੇ ਦੀ ਹੁਣ ਗੱਲ ਛੇੜ ਦਿੱਤੀ, ਬਰਗਾੜੀ ਕਈ ਕਿਸਾਨਾਂ ਦੇ ਵਿੱਚ ਡਰ ਆ ਕਿਤੇ ਕਿ ਇੱਥੇ ਬਰਗਾੜੀ ਵਾਲੀ ਨਾ ਹੋ ਜਾਵੇ। ਹਾਂ ਨਹੀਂ, ਜੇ ਬਰਗਾੜੀ ਇਨਸਾਫ਼ ਮੋਰਚੇ ਦੇ ਪ੍ਰਾਪਤੀਆਂ ਬਹੁਤ ਹੋਈਆਂ ਸੀ, ਉਹਦਾ ਜਿਹੜਾ ਡਿਸੀਜਨ ਸੀ ਸਾਡੇ ਮੋਰਚਾ ਡਿਕਟੇਟਰ ਨੇ ਸਮਾਪਤੀ ਵੇਲੇ ਜਿਹੜਾ ਸੀਗਾ ਉੱਥੇ ਫਰਕ ਪਾਇਆ ਕਿ ਉਹਨਾਂ ਨੇ ਲੋਕਾਂ ਦੀਆਂ ਭਾਵਨਾਵਾਂ ਅਨੁਸਾਰ ਜਿਹੜਾ ਫੈਸਲਾ ਉਹਦੇ ਸਮ ਅਪ ਵਾਈਂਡ ਅਪ ਕਰਨ ਵੇਲੇ ਨਹੀਂ ਸੀ ਲਿਆ। ਤੋ ਇਹ ਜਿਹੜਾ ਹੈਗਾ, ਮੈਂ ਵੀ ਅਰਦਾਸ ਕਰਦਾ ਵਾਹਿਗੁਰੂ ਅਕਾਲ ਪੁਰਖ ਦੇ ਅੱਗੇ ਕਿ ਜਿਹੜਾ ਕਿਸਾਨਾਂ ਦਾ ਮੋਰਚਾ ਇਹਦੇ 'ਚ ਕੋਈ 1921 ਦਾ ਫਰਕ ਨਾ ਆਵੇ, ਸਾਰੀਆਂ ਯੂਨੀਅਨਾਂ ਏਕਤਾ ਦੇ ਨਾਲ ਜਿਹੜਾ ਫੈਸਲਾ ਲੈਣ, ਕੋਈ ਡਿਕਟੇਟਰਸ਼ਿਪ ਨਾ ਕਰੇ ਜਿਸ ਤਰ੍ਹਾਂ ਸਾਡੇ ਬਰਗਾੜੀ ਇਨਸਾਫ ਮੋਰਚੇ 'ਚ ਹੋਈ ਸੀਗੀ ਕਿ ਇੱਕ ਜਥੇਦਾਰ ਦੇ ਵੱਲੋਂ ਡਿਕਟੇਟਰਸ਼ਿਪ ਕਰਕੇ ਮੋਰਚੇ ਨੂੰ ਜਿਹੜਾ ਸਮ ਅਪ ਕਰ ਦਿੱਤਾ ਗਿਆ। ਤੋ ਇੱਥੇ ਸਾਰੇ ਰਲ ਕੇ ਜਿਹੜਾ ਹੈਗਾ ਲੋਕਾਂ ਦੀ ਆਵਾਜ਼ ਬਣ ਕੇ ਕੇਂਦਰ ਨਾਲ ਗੱਲ ਕਰਨ ਅਤੇ ਫੈਸਲਾ ਜਿਹੜਾ ਉਹ ਕਿਸਾਨਾਂ ਦੇ ਹੱਕ 'ਚ ਹੋਵੇ। ਬਲਜੀਤ ਸਿੰਘ ਜੀ ਦਾਦੂਵਾਲ ਇੱਥੇ ਗੱਲ ਕਰਦੇ ਪਏ ਸੀ, ਕਿਸਾਨੀ ਮੋਰਚੇ ਦੇ ਵਿੱਚ ਅੱਜ ਪਹੁੰਚੇ ਨੇ, 27ਵਾਂ ਦਿਨ ਆ ਕਿਸਾਨੀ ਮੋਰਚੇ ਦਾ, ਅਤੇ ਕੈਮਰਾਮੈਨ ਜਸਵਿੰਦਰ ਸਿੰਘ ਮਾਲੜੀ ਦੇ ਨਾਲ ਇੰਦਰਜੀਤ ਸਿੰਘ ਚਾਹਲ, NRI ਮੀਡੀਆ, ਦਿੱਲੀ ਬਾਰਡਰ।